ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਹਨਾਂ ਦੀ ਸਾਦਗੀ ਲਈ ਜਾਣਿਆ ਜਾਂਦਾ ਹੈ, ਪਰ ਉਹਨਾਂ ਦੀ ਪਾਰਟੀ ਵਿੱਚੋਂ ਦੇ ਇੱਕ ਮੰਤਰੀ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਸਾਈਟਸ 'ਤੇ ਕਾਫ਼ੀ ਵਾਇਰਲ ਹੋ ਗਈ ਹੈ, ਜਿਸ ਕਰਕੇ ਪੂਰੀ ਪਾਰਟੀ ਨੂੰ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਹੈ ਵੈਸਟ ਬੰਗਾਲ ਦੇ ਪਲੈਨਿੰਗ ਮੰਤਰੀ ਅਤੇ ਤਰਕੇਸ਼ਵਰ ਦੇ MLA ਰਸ਼ਪਾਲ ਸਿੰਘ ਦੀ, ਜੋ ਕਿ ਇੱਕ ਸਮਾਗਮ ਵਿੱਚੋਂ ਬਾਹਰ ਆ ਕੇ ਆਪਣੇ ਜੁੱਤੇ ਇੱਕ ਪੁਲਿਸ ਵਾਲੇ ਤੋਂ ਪਵਾ ਰਹੇ ਨੇ। ਇਸ ਗੱਲ ਦੀ ਜੰਮ ਕੇ ਸੋਸ਼ਲ ਸਾਈਟਸ 'ਤੇ ਨਿੰਦਾ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਸ ਦੇਸ਼ ਦੇ ਮੰਤਰੀ ਆਪਣੇ ਜੁੱਤੇ ਆਪ ਨਹੀਂ ਪਾ ਸਕਦੇ ਉਹ ਦੇਸ਼ ਨੂੰ ਕੀ ਸੰਭਾਲਣਗੇ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਜੋ ਕਿ ਦੇਸ਼ ਦੀ ਹਰ ਟਾਈਮ ਸੇਵਾ ਕਰ ਰਿਹਾ, ਉਹਨਾਂ ਲਈ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਕਾਨੂੰਨ ਦੇ ਹੱਥ ਦੇਸ਼ ਦੀ ਸੇਵਾ ਲਈ ਹੁੰਦੇ ਨੇ, ਨਾ ਕਿ ਕਿਸੇ ਮੰਤਰੀ ਜਾਂ ਕੋਈ ਹੋਰ ਵੱਡੇ ਇਨਸਾਨ ਦੇ ਜੁੱਤੇ ਕੱਸਣ ਲਈ। ਬਿਊਰੋ ਰਿਪੋਰਟ, ਚੈਨਲ 7 ਰੰਗ।